ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਥਾਣਾ ਖਾਲੜਾ ਦੀ ਪੁਲਿਸ ਨੇ UBDC ਡਿਫੈਂਸ ਡਰੈਨ ਤੇ ASI ਸਾਧੂ ਸਿੰਘ ਸਮੇਤ ਪੁਲਿਸ ਪਾਰਟੀ ਨਾਕੇਬੰਦੀ ਦੌਰਾਨ ਮੋਟਰਸਾਈਕਲ ਨੰਬਰ PB46Z2453 ਤੇ ਸਵਾਰ ਹੋ ਕੇ ਆ ਰਹੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਬਿਨਾਂ ਤੇ ਰੋਕਿਆ ਅਤੇ SI ਅਮਰੀਕ ਸਿੰਘ ਨੂੰ ਇਸ ਦੀ ਪੂਰੀ ਜਾਣਕਾਰੀ ਦਿੱਤੀ ਤਾਂ ਮੌਕੇ 'ਤੇ ਪਹੁੰਚੇ SI ਅਮਰੀਕ ਸਿੰਘ ਨੇ ਜਦੋਂ ਉਹਨਾਂ ਦੋਨਾਂ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਨੌਜਵਾਨਾਂ ਪਾਸੋਂ 35 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਗਏ ਨੌਜਵਾਨਾਂ ਦੀ ਪਛਾਣ ਮਲਕੀਤ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਅਰਸ਼ਦੀਪ ਸਿੰਘ ਪੁੱਤਰ ਬਲਕਾਰ ਸਿੰਘ ਵਾਸੀਣ ਚੀਮਾ ਕਲਾਂ ਵਜੋਂ ਹੋਈ ਹੈ, ਜਿਨ੍ਹਾਂ 'ਤੇ NDPS ਐਕਟ ਦੀ ਧਾਰਾ 2191-65 ਤਹਿਤ ਮੁਕੱਦਮਾ ਦਰਜ ਕਰ ਇਹਨਾਂ ਦੋਨਾਂ ਨੌਜਵਾਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਇਹ ਸਾਰੀ ਜਾਣਕਾਰੀ SHO ਹਰਪ੍ਰੀਤ ਸਿੰਘ ਵਿਰਕ ਨੇ ਦਿੱਤੀ। ਅਰਸ਼ਦੀਪ ਸਿੰਘ ਅਤੇ ਮਲਕੀਤ ਸਿੰਘ ਚੀਮਾ ਕਲਾਂ ਦੇ ਰਹਿਣ ਵਾਲੇ ਆ। ਇਹ ਇੱਧਰੋਂ ਟ੍ਰੇਨ 'ਤੇ ਸੀ, ਸਾਧੂ ਸਿੰਘ ਨੇ ਨਾਕੇ ਦੌਰਾਨ ਇਹਨਾਂ ਨੂੰ ਰੋਕਿਆ ਅਤੇ ਚੈੱਕ ਦੌਰਾਨ ਇਹਨਾਂ ਕੋਲੋਂ ਹਿਰਨ ਬਰਾਮਦ ਹੋਈ, ਜਿਸ 'ਤੇ ਅਮਰੀਕ ਸਿੰਘ ਨੂੰ ਸੂਚਿਤ ਕੀਤਾ ਗਿਆ ਜੋ ਕਿ ਰੈਗੂਲਰ ਥਾਣੇਦਾਰ ਨੇ। ਇਹਨਾਂ ਨੇ ਜਾ ਕੇ ਮੌਕੇ 'ਤੇ ਵੇਖਿਆ ਅਤੇ ਉਹ ਹਿਰਨ ਸੀ, ਜਿਹਦਾ ਵੇਟ ਕੀਤਾ 35 ਗ੍ਰਾਮ, ਉਹਨਾਂ ਕੋਲ ਬਰਾਮਦ ਹੋਈ ਆ, ਜਿਹਦੇ ਤਹਿਤ ਇਹਨਾਂ 'ਤੇ 61-85 NDP ਸੈਕਟਰ ਤਹਿਤ ਪਰਚਾ ਦਰਜ ਕੀਤਾ ਗਿਆ। ਕੀ ਸਰ ਇਹਨਾਂ 'ਤੇ ਕੋਈ ਪਹਿਲਾਂ ਵੀ ਪਰਚੇ ਦਰਜ ਹੈ? ਪਹਿਲਾਂ ਨਹੀਂ ਦਰਜ ਇਹਨਾਂ ਦੇ ਪਰਚੇ। ਸਰ ਇਹ ਕੀ ਪੀਣ ਵਾਲੀ ਹੈ ਕਿ ਸਿਰਫ ਆ ਕੇ ਆਪਣੇ ਇਲਾਕੇ 'ਚ ਵੇਚਦੇ? ਪੈਡਲਰ ਅੱਗੇ ਸਪਲਾਈ ਕਰਦੇ ਆ। ਕੋਈ ਮੰਨਿਆ ਇਹਨਾਂ ਨੇ ਕਿਹਦੀ ਵੇਚਦੇ ਆ? ਇਹਨਾਂ ਨੇ ਆਪਣਾ ਪੁੱਛਗਿੱਛ ਚੱਲ ਰਹੀ ਹੈ ਇਨਵੈਸਟੀਗੇਸ਼ਨ ਅਜੇ, ਜੋ ਵੀ ਅਗਲਾ ਬੰਦਾ ਲਿੰਕ ਚਾਹੂ ਉਹਨਾਂ ਦੀ ਕਾਲ ਟੇਲ ਕਢਾ ਰਹੇ ਆ, ਜਿਹੜਾ ਬੰਦਾ ਲਿੰਕ ਚਾਹੂ ਉਹਦੇ। ਕੀ ਸਰ ਇਹਨਾਂ ਦਾ ਰਿਮਾਂਡ ਲਿਆ ਜਾ ਰਿਹਾ? ਹਾਂ ਰਿਮਾਂਡ ਲਿਆ ਜਾ ਰਿਹਾ, ਰਿਹਾ ਕਿਤੇ ਨਾਮਜ਼ਦ ਕਰਾਂਗੇ ਬੰਦਾ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।